ਜਿੱਥੇ ਇੱਕ ਪਾਸੇ ਦਿੱਲੀ ਦੀ ਸ਼ਰਾਬ ਨੀਤੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ, ਪਰ ਪੰਜਾਬ ਦੀ ਸ਼ਰਾਬ ਨੀਤੀ ਦੀ ਬੱਲੇ ਬੱਲੇ ਹੋ ਰਹੀ ਹੈ ਅਤੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਇਹਦਾ ਸੇਕ ਝੱਲਣਾ ਪੈ ਰਿਹਾ। ਹਾਲਾਤ ਇਹ ਨੇ ਕਿ ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੇ ਲਈ ਅਰਜ਼ੀਆਂ ਦੇ ਢੇਰ ਲੱਗ ਚੁੱਕੇ ਆ, ਜਦਕਿ ਚੰਡੀਗੜ੍ਹ ਦੇ ਵਿੱਚ ਠੇਕਿਆਂ ਦੀ ਬੋਲੀ ਲਾਉਣ ਵਾਲੇ ਬੰਦੇ ਨਹੀਂ ਲੱਭ ਰਹੇ। ਚੰਡੀਗੜ੍ਹ 'ਚ ਰਹਿੰਦੇ 36 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੀਜੀ ਵਾਰ ਸੱਦੀ ਗਈ, ਪਰ ਫਿਰ ਵੀ ਸਿਰੇ ਨਹੀਂ ਚੜ੍ਹ ਸਕੀ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੀ ਨਵੀਂ ਕਰ ਤੇ ਆਬਕਾਰੀ ਨੀਤੀ ਦਾ ਸੇਕ ਚੰਡੀਗੜ੍ਹ ਨੂੰ ਲੱਗ ਰਿਹਾ ਹੈ। ਪੰਜਾਬ ਦੀ ਸ਼ਰਾਬ ਨੀਤੀ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੇ ਲਈ ਖਰੀਦਦਾਰ ਨਹੀਂ ਲੱਭ ਰਹੇ। ਲੰਘੇ ਦਿਨ ਚੰਡੀਗੜ੍ਹ 'ਚ ਰਹਿੰਦੇ 36 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੀਸਰੀ ਵਾਰ ਸੱਦੀ ਗਈ ਸੀ, ਪਰ ਤੀਜੀ ਵਾਰ ਵੀ ਨਿਲਾਮੀ ਸਿਰੇ ਨਹੀਂ ਚੜ੍ਹ ਸਕੀ। ਉਂਝ ਮੁੱਖ ਤੌਰ ਦੇ ਉੱਤੇ ਇਹਦਾ ਕਾਰਨ ਚੋਣ ਕਮਿਸ਼ਨ ਦੇ ਵੱਲੋਂ ਠੇਕਿਆਂ ਦੀ ਨਿਲਾਮੀ ਦੀ ਪ੍ਰਵਾਨਗੀ ਨਾ ਮਿਲਣਾ ਦੱਸਿਆ ਜਾ ਰਿਹਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਰ ਤੇ ਆਬਕਾਰੀ ਵਿਭਾਗ ਦੇ ਵੱਲੋਂ ਰਹਿੰਦੇ 36 ਠੇਕਿਆਂ ਦੀ ਨਿਲਾਮੀ ਤੀਜੀ ਵਾਰ ਰੱਖੀ ਗਈ ਸੀ। ਇਹਦੇ ਲਈ 6 ਖਰੀਦਦਾਰ ਸਾਹਮਣੇ ਆਏ ਸੀ। ਵਿਭਾਗ ਨੇ ਠੇਕਿਆਂ ਦੀ ਵਿੱਤੀ ਰਿਪੋਰਟ ਖੋਲ੍ਹਣੀ ਸੀ, ਪਰ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਨਾ ਮਿਲਣ ਦੇ ਚੱਲਦੇ ਇਹ ਨਿਲਾਮੀ ਵਿਚਕਾਰ ਹੀ ਲਟਕ ਗਈ ਹੈ। ਸੋ ਹੁਣ UT ਪ੍ਰਸ਼ਾਸਨ ਦੇ ਵੱਲੋਂ ਚੋਣ ਕਮਿਸ਼ਨ ਤੋਂ ਠੇਕਿਆਂ ਦੀ ਨਿਲਾਮੀ ਦੇ ਲਈ ਪ੍ਰਵਾਨਗੀ ਮੰਗੀ ਗਈ ਹੈ। ਪ੍ਰਵਾਨਗੀ ਆਉਣ ਤੋਂ ਬਾਅਦ ਹੀ ਨਿਲਾਮੀ ਕੀਤੀ ਜਾ ਸਕੇਗੀ। ਜ਼ਿਕਰੇ ਖਾਸ ਹੈ ਕਿ ਕਰ ਅਤੇ ਆਬਕਾਰੀ ਵਿਭਾਗ ਦੇ ਵੱਲੋਂ ਸ਼ਹਿਰ ਦੇ ਵਿੱਚ 97 ਠੇਕਿਆਂ ਦੀ ਨਿਲਾਮੀ ਦੇ ਲਈ 2 ਵਾਰ ਨਿਲਾਮੀ ਰੱਖੀ ਗਈ ਹੈ। ਇਸੇ ਦੌਰਾਨ ਕਰ ਤੇ ਆਬਕਾਰੀ ਵਿਭਾਗ ਸਿਰਫ 61 ਸ਼ਰਾਬ ਦੇ ਠੇਕੇ ਹੀ ਨਿਲਾਮ ਕਰ ਸਕਿਆ। ਹਾਲਾਂਕਿ ਰਹਿੰਦੇ 36 ਸ਼ਰਾਬ ਦੇ ਠੇਕਿਆਂ ਦੀ ਖਰੀਦ ਦੇ ਲਈ ਸਿਰਫ 6 ਖਰੀਦਦਾਰੀ ਸਾਹਮਣੇ ਆਏ ਸੀ। ਇਸ ਤੋਂ ਸਾਫ਼ ਹੈ ਕਿ ਵਿਭਾਗ ਨੂੰ ਹੁਣ 4ੀ ਵਾਰ ਵੀ ਨਿਲਾਮੀ ਕਰਵਾਉਣੀ ਪੈ ਸਕਦੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ 1 ਅਪ੍ਰੈਲ 2024 ਤੋਂ ਲਾਗੂ ਹੋਏਗੀ। ਜੇ ਉਦੋਂ ਤੱਕ ਸ਼ਰਾਬ ਦੇ ਸਾਰੇ ਠੇਕਿਆਂ ਦੀ ਨਿਲਾਮੀ ਨਹੀਂ ਹੁੰਦੀ ਤਾਂ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਵਿਭਾਗ ਨੂੰ ਠੇਕਿਆਂ ਦੀ ਰਾਖਵੀਂ ਕੀਮਤ ਵਿੱਚ ਕਟੌਤੀ ਕਰਨੀ ਪੈਣੀ ਹੈ। ਦੂਜੇ ਪਾਸੇ UT ਪ੍ਰਸ਼ਾਸਨ ਦੇ ਵੱਲੋਂ ਨਿਲਾਮ ਨਾ ਹੋਣ ਵਾਲੇ ਠੇਕਿਆਂ ਨੂੰ ਸਿਟਕੋ ਦੇ ਰਾਹੀਂ ਚਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ। ਉੱਧਰ UT ਪ੍ਰਸ਼ਾਸਨ ਦੇ ਵੱਲੋਂ ਆਬਕਾਰੀ ਤੋਂ 700 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ। ਦੱਸ ਦਈਏ ਕਿ UT ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਪਿਛਲੇ ਵਰ੍ਹੇ ਵੀ ਸਾਰੇ ਠੇਕੇ ਨਿਲਾਮ ਨਾ ਹੋਣ ਕਰਕੇ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ਪਿਛਲੇ ਸਾਲ UT ਪ੍ਰਸ਼ਾਸਨ 95 'ਚੋਂ ਸਿਰਫ 77 ਠੇਕੇ ਹੀ ਨਿਲਾਮ ਕਰ ਸਕਿਆ ਸੀ ਅਤੇ 18 ਠੇਕੇ ਸਾਰਾ ਸਾਲ ਨਿਲਾਮ ਨਹੀਂ ਹੋ ਸਕੇ ਸੀ। ਸਾਰੇ ਠੇਕੇ ਨਿਲਾਮ ਨਾ ਹੋਣ ਕਰਕੇ UT ਪ੍ਰਸ਼ਾਸਨ ਨੂੰ ਵਿੱਤੀ ਵਰ੍ਹੇ 2023-24 'ਚ 250 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਝੱਲਣਾ ਪਿਆ ਸੀ। ਸੋ ਹੁਣ ਇੱਕ ਪਾਸੇ ਜਿੱਥੇ ਪੰਜਾਬ ਦੀ ਸ਼ਰਾਬ ਨੀਤੀ ਨੇ ਸਰਕਾਰ ਦੀ ਝੋਲੀ ਦੇ ਵਿੱਚ ਕਰੋੜਾਂ ਰੁਪਏ ਪਵਾ ਦਿੱਤੇ ਹੈ, ਪਰ ਚੰਡੀਗੜ੍ਹ ਦੀ ਕਿਸਮਤ ਦੇ ਵਿੱਚ ਅਜੇ ਇਹ ਕੁਝ ਲਿਖਿਆ ਦਿਖਾਈ ਨਹੀਂ ਦੇ ਰਿਹਾ।